ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੀਪ ਸਿੰਘ ਲਾਡੀ ਸ਼ੇਰੋਵਾਲੀਆ ਦੇ ਖਿਲਾਫ਼ ਸ਼ਾਹਕੋਟ ਵਿੱਚ ਪ੍ਰਦਰਸ਼ਨ ਕਰਨਾ ਅਕਾਲੀ ਦਲ ਨੇਤਾਵਾਂ ਨੂੰ ਮਹਿੰਗਾ ਪੈ ਗਿਆ। ਹਲਕਾ ਸ਼ਾਹਕੋਟ ਦੇ ਰਿਟਰਨਿੰਗ ਅਫਸਰ ਨੇ ਸਰਕਲ ਜਥੇਦਾਰ ਚਰਨ ਸਿੰਘ ਅਤੇ ਹੋਰ ਨੇਤਾਵਾਂ ਨੂੰ ਨੋਟਿਸ ਭੇਜਿਆ ਹੈ। ਉਹਨਾਂ ਨੇ ਲਿਖਿਆ ਹੈ ਕਿ ਉਹ ਇਸ ਗੱਲ ਤੋਂ ਭਲੀ ਭਾਂਤੀ ਵਾਕਿਫ ਸੀ ਕਿ ਸ਼ਾਹਕੋਟ ਉਪ ਚੋਣਾਂ ਦੇ ਕਾਰਨ ਜ਼ਿਲ੍ਹਾ ਜਲੰਧਰ ਵਿੱਚ ਚੋਣ ਜ਼ਾਬਤਾ ਲੱਗਿਆ ਹੋਇਆ ਹੈ। ਇਸ ਦੇ ਬਾਵਜੂਦ ਵੀ ਸ਼ਾਹਕੋਟ ਵਿੱਚ ਵੱਡੇ ਇਕੱਠ ਨਾਲ ਧਰਨਾ ਦੇਣ ਬੈਠੇ। ਇਸ ਨੋਟਿਸ ਦੇ ਬਾਬਤ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਦੇ ਅਨੁਸਾਰ ਅਕਾਲੀ ਦਲ ਦੇ ਇਸ ਨੋਟਿਸ ਦਾ ਜਵਾਬ 24 ਘੰਟੇ ਵਿੱਚ ਦੇਣਾ ਹੋਵੇਗਾ ਅਤੇ ਡਿਪਟੀ ਕਮਿਸ਼ਨਰ ਸਾਰੇ ਰਾਜਨੀਤਿਕ ਦਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਚੋਣ ਪ੍ਰਚਾਰ ਕਰਨ। ਦੇਖੋ, ਇਹ ਜਿਹੜਾ ਨੋਟਿਸ ਹੈਗਾ ਰਿਟਰਨਿੰਗ ਆਫਿਸਰ ਸ਼ਾਹਕੋਟ ਦੇ ਹੈਗੇ ਨੇ, SDM ਸ਼ਾਹਕੋਟ, ਉਹਨਾਂ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਕਿਉਂਕਿ ਮੇਰੇ ਕੋਲ ਵੀ ਉਹਦੀ ਕਾਪੀ ਆਈ ਹੈ। ਇਹਦਾ ਵਿਸ਼ਾ ਵਸਤੂ ਇਹ ਹੈ ਕਿ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਉੱਥੇ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਔਰ ਪੁਤਲਾ ਸਾੜਿਆ ਗਿਆ ਕੈਂਡੀਡੇਟ ਦਾ। ਇਸ 'ਚ ਦੋ ਇਸ਼ੂਜ਼ ਨੇ, ਇੱਕ ਤਾਂ ਜਿਹੜਾ ਕੋਈ ਕਿਸੇ ਨੇ ਕੋਈ ਰੈਲੀ ਕਰਨੀ ਹੈ, ਕੋਈ ਪ੍ਰੋਸੈਸ਼ਨ ਕਰਨੀ ਹੈਗੀ ਹੈ ਤਾਂ ਉਸਦੀ ਪਹਿਲਾਂ ਆਗਿਆ ਲੈਣੀ ਹੁੰਦੀ ਹੈ ਰਿਟਰਨਿੰਗ ਆਫਿਸਰ 'ਚੋਂ। ਇਸ ਕੇਸ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਆਗਿਆ ਨਹੀਂ ਸੀ ਦਿੱਤੀ ਗਈ। ਦੂਜੀ ਗੱਲ, ਜਿਹੜਾ ਬੇਸਿਕ ਥੰਬ ਰੂਲ ਹੈ, ਔਰ ਮੈਂ ਸਾਰੀਆਂ ਪਾਰਟੀਆਂ ਨੂੰ ਇਸ ਗੱਲ ਦੀ ਰਿਕੁਐਸਟ ਕਰਦਾ ਕਿ ਡਿਊਰਿੰਗ ਇਲੈਕਸ਼ਨਸ ਜਿਹੜਾ ਹੈਗਾ, ਇੱਕ ਪਾਰਟੀ ਜਿਹੜੀ ਆਪਦੀਆਂ ਨੀਤੀਆਂ ਲੋਕਾਂ ਮੂਹਰੇ ਰੱਖ ਸਕਦੀ ਹੈ, ਪਰ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਧਰਨਾ ਪ੍ਰਦਰਸ਼ਨ ਕਰਨਾ, ਉਹ ਵੀ ਉਦੋਂ ਜਦੋਂ ਕਿ ਦੂਜੀ ਪਾਰਟੀ ਨੇ ਉਹਨੂੰ ਕੈਂਡੀਡੇਟ ਡਿਕਲੇਅਰ ਕਰ ਦਿੱਤਾ ਹੋਵੇ। ਪੁਤਲੇ ਸਾੜਨਾ ਦਾ ਬਿਲਕੁਲ ਹੀ ਮਾਡਲ ਕੋਡ ਦੀ ਉਲੰਘਣਾ ਹੈਗੀ ਹੈ, ਵਿਅਕਤੀ ਵਿਸ਼ੇਸ਼ 'ਤੇ ਹਮਲੇ ਦੇ ਬਰਾਬਰ ਹੈਗਾ।